ਭਾਈ ਕੀ ਕਰਨ ਜਾ ਰਹੇ ਹੋ? ਭਾਈ ਲੋਕਾਂ ਨੂੰ ਦੱਸਤਾ ਦੋ ਮਾੜਾ ਜਿਹਾ। ਹਾਂਜੀ, ਕੀ ਹਾਲ ਹੈ? ਠੀਕ ਠਾਕ ਹੋ ਸਾਰੇ? ਲਓ ਜੀ, ਸਵਾਗਤ ਹੈ ਮੇਰੇ ਚੈਨਲ ਰਿਚ ਕਿਡਸ 'ਤੇ। ਅਤੇ ਅੱਜ ਓਫੀਸ਼ੀਅਲ ਜਿਹਨੂੰ ਕਹਿੰਦੇ ਨਾ, ਪ੍ਰੈਂਕ ਆਪਾਂ ਕਰਦੇ ਸੀ ਅੱਗੇ, ਕੋਈ ਲੱਭ ਕੇ ਕਰ ਲਿਆ। ਹੁਣ ਆਪਾਂ ਸਾਰਾ ਹੀ ਜਿੱਦਾਂ ਪ੍ਰੋਫੈਸ਼ਨਲ ਹੁੰਦਾ, ਪ੍ਰੋਫੈਸ਼ਨਲ ਪ੍ਰੈਂਕਸ ਚੱਲਣਗੇ, ਪ੍ਰੋਪਰ ਪਲੈਨ। ਅਤੇ ਹਾਂ, ਪ੍ਰੋਪਰ ਪਲੈਨਡ। ਅਤੇ ਅੱਜ ਜਿੱਥੇ ਚੱਲੇ ਹਾਂ ਤੁਹਾਨੂੰ ਦਿਖਾਉਂਦੇ ਹਾਂ, ਜੋ ਕਹਿਣ ਲੱਗੇ ਹਾਂ ਇਤਿਹਾਸ ਨਹੀਂ ਹੋਇਆ ਹੋਣਾ ਇਹ। ਸਰ ਪਲੈਨ ਆਪਾਂ ਕੀਤਾ ਆ, ਠੀਕ ਆ। ਅਗਲਿਆਂ ਨੂੰ ਨਹੀਂ ਪਤਾ ਕਿ ਅਸੀਂ ਪਲੈਨ ਪ੍ਰੋਪਰ ਬਣਾਇਆ, ਪਰ ਆਪਾਂ ਜਿੱਦਾਂ ਦੇਖੋ ਬਲੌਗ ਦੱਸਿਓ ਕਮੈਂਟਾਂ 'ਚ ਕਿਵੇਂ ਲੱਗਾ ਇਹ। ਹੁਣ ਆਪਾਂ ਕੰਟੀਨਿਊ ਰੱਖਣੀ ਸੀਰੀਜ਼ ਨਾਲ ਆਪਣੇ ਹਰਗੁਣ। ਹਰਗੁਣ ਜੀ ਦੱਸੋ ਫਿਰ। ਬਸ ਇਹ ਤਾਂ ਕੰਮ ਖਿੱਚ ਕੇ ਹੀ ਹੈ, ਦੇਖੀ ਜਾਓ ਕਿੱਥੇ ਨਿਕਲ ਜਾਂਦਾ ਹੈ। ਚਲੋ ਦੇਖਦੇ ਹੁਣ ਕਰਦੇ ਜਾ ਕੇ। ਭਾਈ ਕੀ ਕਰਨ ਜਾ ਰਹੇ ਹੋ? ਭਾਈ ਲੋਕਾਂ ਨੂੰ ਦੱਸਤਾ ਦੋ ਮਾੜਾ ਜਿਹਾ। ਅੱਜ ਜੋ ਕਹਿਣ ਜਾ ਰਹੇ ਹੋ ਨਾ, ਇਹ ਇਤਿਹਾਸ ਕਲੀਅਰ ਹੀ ਹੋਣਾ, ਉਸ ਤੋਂ ਬਾਅਦ ਲੋਕ ਕਾਪੀਆਂ ਕਰਨਗੇ। ਆਪਾਂ ਲੱਭਦੇ ਹਾਂ। ਆ ਗਿਆ ਆ ਗਿਆ, ਉਹ ਆ ਗਿਆ ਭਾਈ, ਉਹ ਆ ਗਿਆ। ਉਹ ਵੇਖੋ ਉਧਰੋਂ ਆ ਰਿਹਾ, ਉਹਨੂੰ ਪਾਓ ਹੱਥ। ਪਾਓ ਹੱਥ। ਅੱਗੇ ਰਾਈਟ ਸਾਈਡ ਬੈਠੇ ਹੋਏ। ਆਪਾਂ ਬਹਿਆ 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 ਬੈਠ ਮੇਰਾ ਭਰਾ। ਧੱਕਾ ਮਾਰੀ ਯਾਰ, ਗੁਰੂ ਧੱਕਾ ਮਾਰੀ 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 ਜਲਦੀ ਮਾਰੀ 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 ਮਾੜੇ ਧੱਕਾ ਲਾ ਮਾੜਾ ਯਾਰ। ਅਸੀਂ ਅੱਗੇ ਬਹੁਤ ਥੱਕੇ ਪਏ ਆ, ਅੱਜ ਚੂਰਮਾ ਦੇਣਾ ਇੱਥੋਂ ਕੁਛ ਖਾਣਾ ਨੀ, ਠੀਕ ਹੈ? ਤੁਸੀਂ ਆਪਾਂ ਕੁਛ ਨੀ ਖਾਣਾ, ਮੈਂ ਆਰਡਰ ਕਰਾਂਗਾ। ਘਿਓ ਲੈਣਾ ਕਿ ਬਦਲ ਕੇ ਖਾਣਾ? ਨਹੀਂ, ਘਿਓ ਲੈਣਾ। ਬਸ ਠੀਕ ਹੈ। ਮਾਰੋ ਆਏ ਅੰਦਰ। ਐਕਸਕਿਊਜ਼ ਮੀ,
ਕਿਹੜਾ ਸੂਸਮੀ? ਇੱਕ ਸੂਸਮੀ ਐਕਸਕਿਊਜ਼ ਮੀ ਬਾਬੂ ਮਾਣੀ ਕਹੇ ਬੜੇ ਦਿਨਾਂ ਬਾਅਦ ਦਰਸ਼ਨ ਬਾਬੇ ਆਏ ਆ ਬਾਬੇ ਵੀਰਵਾਰ ਦੇ ਆ ਬੜੇ ਚਿਰਾਂ ਬਾਅਦ ਤੇਰੇ ਦਰਸ਼ਨ ਹੋਏ ਛੋਟੀ ਹੁੰਦੀ ਆ ਲੰਮਾ ਹੁੰਦਾ ਐਕਸਕਿਊਜ਼ ਮੀ ਭਾਜੀ ਆਰਡਰ ਨੌਨ ਵੈਜ ਬਰਗਰ ਕਰਦੇ ਦੋ ਬਾਈ ਤੂੰ ਕਿਹੜਾ ਖਾਣਾ ਨੌਨ ਵੈਜ ਬਰਗਰ ਬਾਬਾ ਜੀ ਵੀ ਸਪੈਸ਼ਲ ਵੈਜ ਬਰਗਰ ਦੋ ਇਹਨੂੰ ਪੁੱਛ ਕਿਹੜਾ ਖਾਣਾ ਕਿਹੜਾ ਖਾਣਾ ਭਾਜੀ ਵੈਜ ਨੌਨ ਵੈਜ ਵੈਜ ਨੌਨ ਵੈਜ ਜਲਦੀ ਵੈਜ 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 ਭਾਜੀ ਵੈਜ ਨਹੀਂ ਚੀਜ਼ ਵੀ ਨੌਨ ਵੈਜ 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 ਭਾਈ ਦਾ ਵੈਜ ਤਿੰਨ ਵੈਜ ਕਰ ਦੇ ਤੇ ਠੰਡਾ ਪੀਣਾ ਹੀ ਆਪਾਂ ਗੱਡੀ ਜਾ ਕੇ ਵੱਡੀ ਬੋਤਲ ਲੈਣੇ ਆ ਗੱਡੀ ਕਿੱਥੇ ਕੀਤੀ ਸੀ ਗੱਡੀ ਉਹ ਬਾਹਰ ਖੜੀ ਨਹੀਂ ਬਾਬਾ ਨਾਲ ਆਇਆ ਗਿਆ ਤੋਈ ਆ ਭੈਣ ਦੇ ਪਿੰਡ ਦੀ ਸਮੈਲ ਹੀ ਆ ਜੀ ਤੇਰੇ ਅੰਗੂਠਾ ਹੀ ਕਿਵੇਂ ਲਾਉਣਾ ਹੀ ਅੰਗੂਠਾ ਅੰਦਰ ਬਿਠਾ ਦਈਏ ਨਹੀਂ ਤਾਂ ਦੇਖ ਲੈ ਪਾਣੀ ਲਿਆ ਦੀ ਯਾਰ ਨੌਨ ਵੈਜ ਆ
ਭਾਈ ਇਹ ਆਈਡੀਆ ਆਇਆ ਕਿਤੋਂ ਹੈ ਐਡਾ ਡਰਾਈਵ ਥਰੂ ਵਾਲਾ? ਯਾਰ ਆਪਾਂ ਹੁਣ ਜੇ ਜਿੰਨਾ ਕੋਲ ਨਹੀਂ ਹੁੰਦੀ ਸਾਡੇ ਕੋਲ ਨਹੀਂ ਹੈਗੀ ਗੱਡੀ ਆਪਾਂ ਫੇਰਦੇ ਹਾਂ। ਬਾਬਾ ਕਹਿ ਚੈਨਲ ਕਰ ਲਓ ਸਬਸਕ੍ਰਾਈਬ, ਮੈਨੂੰ ਇਹ ਕਹਿਣਾ ਇਹਦਾ ਕਹਿ ਟਰਾਈ ਤੇ ਕਰ, ਟਰਾਈ ਤੇ ਕਰ, ਕੋਸ਼ਿਸ਼ ਤੇ ਕਰ। ਪਾਣੀ ਦਾ ਲਿਆ ਕਿੰਨੇ ਜਾਣ ਪਾਣੀ ਲਿਆਉਂਦਾ ਸਾਰੇ ਉਹਨੂੰ ਦਿੱਤਾ ਮੁੰਡੇ ਨੂੰ ਠੰਡਾ ਪਾਣੀ ਦਾ ਪਿਆ ਉਹਨੂੰ ਕਰਾਏ ਦਾੜੀ ਮੁੱਛ ਪਤਾ ਨਹੀਂ ਲਿਖਾਉਣ ਲੱਗ ਗਿਆ ਬੰਦ ਹੋ ਗਿਆ ਤੂੰ ਆਪਣੇ ਮਿਲ ਦੋ ਲੈ ਪਾ ਲੇ ਕਿਹੜਾ ਉੱਪਰ ਕੌਣ ਉੱਪਰ ਕਿਹੜਾ ਸੀ ਹੋ ਗਿਆ ਚਲੀ ਆਪਾਂ ਆਰਡਰ ਹੋ ਤੇ ਗਏ ਆ ਹੋ ਗਏ ਆਰਡਰ ਪੂਰੇ ਪਾਣੀ ਪੀ ਲੱਗੇ ਆ ਅਨਾ ਮੈਂ ਨਹੀਂ ਖਾਣਾ ਜੇ ਬਜ਼ਰਬ ਦੇ ਨਜ਼ਰ ਕਿਦੋਂ ਮੈਂ ਹਾਂ ਗਰਮ ਨਹੀਂ ਹੋ ਗਿਆ ਉਹ ਕੀ ਕਰਨਾ ਵਾ ਖਾਣਾ ਹੈ ਨਾ ਜਿਹੜੇ ਕੋਲ ਜਨਮ ਦਿਨ ਹੋਣਾ ਪਾਰਟੀ ਤੇ ਚੰਡੀਗੜ੍ਹ ਕਦੀ ਪਾਰਟੀ ਚੰਡੀਗੜ੍ਹ ਮੈਂ ਜਾਂਦਾ ਰਹਿਣਾ ਹੈ ਸਾਡੀ ਜ਼ਿੰਦਗੀ ਮਾਰ ਦਿੰਦੀ ਅੱਛਾ ਚੰਡੀਗੜ੍ਹ ਹੀ ਹੋਣਾ 11 ਕੋਈ ਨਹੀਂ ਚੱਲਾਂਗੇ ਚੰਡੀਗੜ੍ਹ ਕੱਟੇ ਪਾਰਟੀ ਕਿਦਾਂ ਵੀ 10 ਰੁਪਏ ਕਿਦਾਂ 11 ਨੂੰ ਮੁੰਬਈ ਟੇਬਲ ਬੁੱਕ ਕਰਾਉਣਾ ਟੇਬਲ ਬੁੱਕ ਕਰਾਉਣਾ ਸਾਰਿਆਂ ਦਾ ਨਾਂ ਲਿਖਾ ਦਈਏ ਪਹਿਲਾਂ ਕੀ ਨਾਮ ਆ ਨਾਮ ਲਗਾਉਣਾ ਨਾਂ ਕੀ ਕੀ ਨਾਮ ਕੀ ਲਗਾਈਏ ਖੁੱਲੀ ਹੋ ਗਈ ਚੱਲ ਚੱਲੀਏ ਭਾਜੀ ਯਾਰ ਵੀਡੀਓ ਤੇ ਵੀਡੀਓ ਬੜੀ ਕੀ ਕਹਿੰਦਾ ਵੀਡੀਓ ਬਣੀਆਂ ਤੇ ਮਾਮਾ ਫਾਇਦਾ ਹੀ ਹੋਇਆ ਤੁਹਾਡਾ ਨੁਕਸਾਨ ਹੋਇਆ ਚੰਡੀਗੜ੍ਹ ਤੇ ਕਰ ਸਾਨੂੰ ਬੰਦੇ ਪਏ ਪਾਪਾ ਤੁਹਾਡੀਆਂ ਵੀਡੀਓ ਬਣੀਆਂ ਬਣੀਆਂ ਫਾਇਦਾ ਹੀ ਹੋਇਆ ਨੁਕਸਾਨ ਹੋਇਆ ਲੋਕੀ ਤਾਂ ਆ ਕੇ ਬਿਠਾਉਂਦੇ ਕਿ ਨਹੀਂ ਤੁਹਾਨੂੰ ਭੈਣ ਚੋਂ ਕੋਫੀਆਂ ਕੁਫੀਆਂ ਦੇ ਹੈ ਤੇ ਬਾਬਾ ਕਹਿ ਚੈਨਲ ਕਰ ਲਓ ਸਬਸਕ੍ਰਾਈਬ ਕਹਿਣ ਆ ਬਾਬਾ ਕਹਿ ਕਹਿ ਸਬਸਕ੍ਰਾਈਬ ਹਾਂ ਚੈਨਲ ਕਰ ਲਓ ਕੀ ਕਰਦਾ ਸਬਸਕ੍ਰਾਈਬ ਸਬਸਕ੍ਰਾਈਬ ਦੇਤੇ ਆ ਚੱਲੇ ਆਪਾਂ ਚੱਲਾਂ ਕਿੱਥੇ ਪਤਾ ਦੱਸੋ ਆ ਗੱਡੀ ਕੋਲ ਹੋ ਗਏ ਜਾਣ ਦੇ ਬਾਬਾ ਪੈਸੇ ਦੇ ਨੂੰ ਪੈਸੇ ਦੇਖ ਪੰਜਾਹ ਰੁਪਏ ਦੇਖ
ਉਹ ਭੈਣ ਚੋ ਬੇਹੋਸ਼ ਹੀ ਹੋ ਗਿਆ 50 ਰੁਪਏ ਇੱਕ ਨਹੀਂ ਤੇ ਖੁੱਲੇ 50 ਰੁਪਏ ਨਹੀਂ ਨਹੀਂ ਮੈਂ ਚੱਕਦਾ ਚੱਕਦਾ ਪੰਜਾਹ ਦੇ ਦੇ ਪਹਿਲਾਂ ਪੰਜਾਹ ਰੁਪਏ ਦੇ ਦੇਣਾ ਕਿਉਂ ਪੰਜਾਹ ਦੇ ਬੜਾ ਨਹੀਂ ਹੈਗੇ ਸੋਹਣ ਖਾਲਾ ਨਹੀਂ ਹੈਗੇ ਕਿਹੜੀ ਸੋਹਣ ਅੱਗੇ ਗੱਲ ਹੀ ਮੰਗਾ ਗਈ ਮੇਰੀ ਗੱਲ ਸੁਣ ਤੇਰੀ ਕਿੰਨੀ ਵੱਡੀ ਹੈ ਕੀ ਵੱਡੀ ਗੱਡੀ ਕਿੰਨੀ ਵੱਡੀ ਹੈ ਆਇਆ ਤੈਨੂੰ ਦਿਖਾਵਾਂ ਗੁੰਡਾ ਸੱਪ ਐਨਾ ਗੁੰਡਾ ਦਿਖਾਵਾਂ ਤੈਨੂੰ ਆ ਗਿਆ ਜਾਣ ਚੈੱਕ ਕਰ ਲਈ ਨਹੀਂ ਮੱਥੇ ਦੇ ਨਾਲ ਇਹਦਾ ਕੋਈ ਪਾਪਾ ਕੀ ਬੜਾ ਕੀ ਕਰਨੀ ਆ ਬਲੈਕ ਚੱਲ ਆਹੀ ਆ ਜਾਨ ਭਈਆ ਯਾਤਰੀ ਨੂੰ ਸਮਝੀਏ ਗੱਡੀ ਦਾ ਜੇਲ ਚ ਨਾ ਹੋਵੇ ਭਰਾਵਾ ਹੈ ਤੂੰ ਧੂਫ ਧੂਫ ਕਰਦਾ ਨੀ ਪੈਰ ਵਿੱਚ ਹੀ ਤੂੰ ਧੂਫ ਧੂਫ ਕਰਦਾ ਨੀ ਵਿੱਚ ਹੀ ਗਰਮੀ ਚ ਭੈਣ ਚ ਪੇਤ ਨਿਕਲ ਵਾਲੀ ਤੇਰੇ ਗਰਮੀ ਇੰਨੀ ਹੈ ਪੇਤ ਨਿਕਲ ਵਾਲੀ ਤੇ ਨਿਕਲਾ ਬਾਅਦ ਧੁੱਪ ਬੜੀ ਇਹ ਸੀ ਆ ਗੱਡੀ ਕਿਹੜੀ ਖੜੀ ਹੁੰਦੀ ਆ ਦੇਖੋ ਗੱਡੀ ਸਿਖਾਉਣ ਦੇ ਅੱਛਾ ਫੇਰ ਚਾਬੀ ਹੋਣੀ ਹੋਏਗੀ ਹੁਣ ਕਲੱਚ ਨਾ ਫਲਾ ਹਾਂ ਫੇਰ ਫੇਰ ਸਾਗਰ ਦੀ ਬੋਟੀ ਗੱਡੀ ਚਲਾਉਂਦੀ ਬਾਬੇ ਗੱਡੀ ਚਲਾਉਂਦੇ ਹੁਣ ਠੀਕ ਹੈ ਜਾਣ ਮਿਲਦੇ ਆ ਮਿਲਦਾ ਤੈਨੂੰ ਕਦੀ ਫੋਨ ਆ ਗਿਆ ਮੈਂ ਥੋੜੀ ਜਿਹੀ ਠੀਕ ਹੈ ਗੱਡੀ ਸਿਖਾਊਂਗਾ ਤੈਨੂੰ ਟਾਈਮ ਕਬੂਤਰ ਹੀ ਜਾਵਾਂਗੇ ਇੱਥੇ ਇੱਥੇ ਹੀ ਹੋਣਾ ਸ਼ਾਮ ਤੱਕ ਮਿਲਣਾ ਮੈਂ ਥੋੜ੍ਹੀ ਜਿਹੀ ਜਾ ਗਿਆ ਲਓ ਜੀ ਆ ਸੀ ਆਪਣੇ ਨਾਂ ਨਹੀਂ ਮੈਨੂੰ ਪਤਾ ਇਹਨਾਂ ਦਾ ਕੀ ਨਾਂ ਸੀ ਜੀ ਬਾਬਾ ਹੀ ਕਹਿੰਦੇ ਬਾਬੇ ਅਤੇ ਇਹ ਸੀ ਆਪਣਾ ਵਲੋਗ ਅਤੇ ਕਿੱਦਾਂ ਲੱਗਿਆ ਵਲੋਗ ਬੈਕ ਟੂ ਬੈਕ ਆਪਣਾ ਆਇਆ ਕਹਿੰਦੇ ਇਹ ਮੈਨੂੰ ਕਿਤੇ ਕਿਤੇ ਟੱਕਰ ਹੀ ਜਾਂਦੇ ਭੈਣ ਚੋ ਅਚਾਨਕ ਕਰਨ ਕੁਛ ਹੋਰ ਚੱਲੇ ਸੀ ਅਸੀਂ ਕਰਨ ਕੁਛ ਹੋਰ ਚੱਲੇ ਸੀ ਇਹ ਟੱਕਰ ਕੇ ਤੈਨੂੰ ਮਾੜਾ ਮੋਟਾ ਹਸੀ ਮਜ਼ਾਕ ਐਂ ਚੱਲਦਾ ਰਹਿੰਦਾ ਸਾਡਾ ਮਨੇਰੋ ਸਾਡੇ ਚੈਨਲ ਤੇ ਕਰ ਲਓ ਸਬਸਕ੍ਰਾਈਬ ਫਿਰ ਜੈ ਬਾਬਾ ਜੀ ਜੈ ਬਾਬਾ ਜੀ